ਸ਼੍ਰੀ ਗੁਰੂ ਰਵਿਦਾਸ ਮੰਦਿਰ ਸੰਦਵਾਲ ਵਿਖੇ ਪੰਜਾਬ ਸਰਕਾਰ ਤੁਹਾਡੇ ਦੁਆਰ ਸਕੀਮ ਦੇ ਤਹਿਤ ਜਨਤਕ ਸ਼ਿਕਾਇਤ ਨਿਵਾਰਨ ਕੈਂਪ ਲਗਾਇਆ ਗਿਆ, ਜਿਸ ਵਿੱਚ ਵੱਖ ਵੱਖ ਮਹਿਕਮਿਆਂ ਦੇ ਅਧਿਕਾਰੀ ਲੋਕਾਂ ਦੀਆਂ ਸਮੱਸਿਆਵਾਂ ਦੇ ਸਮਾਧਾਨ ਲਈ ਪਹੁੰਚੇ। ਇਸ ਕੈਂਪ ਵਿੱਚ DSP ਮੁਕੇਰੀਆਂ ਵਿਪਨ ਕੁਮਾਰ, SDM ਮੁਕੇਰੀਆਂ, ਤਹਿਸੀਲਦਾਰ ਹਾਜੀਪੁਰ ਅਤੇ ਮੁਕੇਰੀਆਂ, BDPO ਹਾਜੀਪੁਰ ਅਤੇ ਪਿੰਡ ਦੇ ਮੋਹਤਵਾਰ ਵਿਅਕਤੀ ਵੀ ਵੱਡੀ ਗਿਣਤੀ ਵਿੱਚ ਲੋਕਾਂ ਦੇ ਸਹਿਯੋਗ ਲਈ ਮੌਜੂਦ ਹੋਏ। ਇਸ ਕੈਂਪ ਵਿੱਚ ਲਗਭਗ 23 ਵਿਭਾਗਾਂ ਦੇ ਅਧਿਕਾਰੀਆਂ ਨੇ ਆਮ ਲੋਕਾਂ ਦੀਆਂ ਸ਼ਿਕਾਇਤਾਂ ਸੁਣੀਆਂ। ਕੁਝ ਸ਼ਿਕਾਇਤਾਂ ਦਾ ਨਿਬੇੜਾ ਮੌਕੇ ਤੇ ਹੀ ਕੀਤਾ ਗਿਆ ਅਤੇ ਕੁਝ ਸ਼ਿਕਾਇਤਕਰਤਾ ਨੂੰ ਸੰਬੰਧਿਤ ਦਫ਼ਤਰਾਂ ਵਿੱਚ ਬੁਲਾ ਕੇ ਪੂਰੇ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ। ਮੀਡੀਆ ਨੂੰ ਜਾਣਕਾਰੀ ਦਿੰਦਿਆਂ SDM ਮੁਕੇਰੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਇਸ ਉਪਰਾਲੇ ਨਾਲ ਆਮ ਲੋਕਾਂ ਨੂੰ ਉਹਨਾਂ ਦੇ ਘਰ ਵਿੱਚ ਹੀ ਉਹਨਾਂ ਦੀਆਂ ਸਮੱਸਿਆਵਾਂ ਦਾ ਨਿਪਟਾਰਾ ਮਿਲੇਗਾ ਤੇ ਉਹਨਾਂ ਨੂੰ ਹੁੰਦੀ ਖੱਜਲ ਖੁਆਰੀਆਂ ਤੋਂ ਨਿਜਾਤ ਮਿਲੇਗੀ। ਜੇ ਕੁਛ ਸਮਾਂ ਇਲੈਕਸ਼ਨ ਦੇ ਕਰਕੇ ਪ੍ਰਸ਼ਾਸਨ ਥੋੜ੍ਹਾ ਬਿਜ਼ੀ ਸੀਗਾ, ਇਸ ਕਰਕੇ ਨਹੀਂ ਲੱਗ ਸਕੇ। ਹੁਣ ਪੰਜਾਬ ਸਰਕਾਰ ਵੱਲੋਂ ਦੁਬਾਰਾ ਇਹ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਨੇ ਅਤੇ ਇਸ ਤਰ੍ਹਾਂ ਹੀ DC ਸਾਹਿਬ ਦੇ ਹੁਕਮਾਂ ਦੀ ਪਾਲਣਾ ਦੇ ਵਿੱਚ ਅੱਜ ਜਿਹੜਾ ਕੈਂਪ ਹੈ ਸੰਧਵਾਲ ਵਿਖੇ ਲਾਇਆ ਗਿਆ ਹੈਗਾ ਅਤੇ ਇੱਥੇ ਸਾਰੇ ਹੀ ਲਗਭਗ ਮਹਿਕਮੇ ਇੱਥੇ ਮੌਜੂਦ ਨੇ ਅਤੇ ਮੌਕੇ 'ਤੇ ਹੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਲੋਕਾਂ ਦੀ ਸਮੱਸਿਆਵਾਂ ਦਾ ਹੱਲ ਕੀਤਾ ਜਾਵੇ। ਪੁਲਿਸ ਡਿਪਾਰਟਮੈਂਟ ਵੀ ਇੱਥੇ ਹਾਜ਼ਰ ਹੈਗਾ ਅਤੇ ਲੋਕਾਂ ਦੀ ਸ਼ਿਕਾਇਤਾਂ ਸੁਣ ਕੇ ਮੌਕੇ 'ਤੇ ਇਹਨਾਂ ਨੂੰ ਸਮਾਂ ਦਿੱਤਾ ਜਾ ਰਿਹਾ ਅਤੇ ਨਿਰਧਾਰਿਤ ਸਮੇਂ ਦੇ ਵਿੱਚ ਸ਼ਿਕਾਇਤਾਂ ਨਿਪਟਾਰਾ ਜਿਹੜਾ ਕਰ ਦਿੱਤਾ ਜਾਵੇਗਾ। ਲਗਭਗ 15 ਕੁ ਮਹਿਕਮੇ ਇੱਥੇ ਬੈਠੇ ਨੇ, ਹਾਜ਼ਰ ਨੇ ਜੀ। ਲੋਕਾਂ ਨੂੰ ਅਪੀਲ ਕਰਦੇ ਹਾਂ ਜੀ, ਦੇਖੋ ਪੰਜਾਬ ਸਰਕਾਰ ਨੇ ਬਹੁਤ ਵਧੀਆ ਉਪਰਾਲਾ ਕੀਤਾ ਹੈਗਾ, ਹੁਣ ਸਾਰੇ ਹੀ ਪ੍ਰਸ਼ਾਸਨ ਤੁਹਾਡੇ ਕੋਲ ਪਿੰਡ ਪਿੰਡ ਦੇ ਵਿੱਚ ਪਹੁੰਚ ਰਿਹਾ ਹੈਗਾ। ਤੁਸੀਂ ਵੱਧ ਤੋਂ ਵੱਧ ਜਿਹੜਾ ਆਪਣਾ ਜਿਹੜਾ ਕੰਮ ਹੈਗਾ ਇੱਥੇ ਆ ਕੇ ਕਰਵਾਓ, ਤੁਹਾਨੂੰ ਡੋਰ ਸਟੋਪ ਤੋਂ ਉੱਪਰ ਹੀ ਤੁਹਾਨੂੰ ਜਿਹੜਾ ਹੈਗਾ ਮੌਕੇ 'ਤੇ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਨੇ। ਬਹੁਤ ਵਧੀਆ ਉਪਰਾਲਾ, ਇਹਦਾ ਵੱਧ ਤੋਂ ਵੱਧ ਲਾਭ ਉਠਾਓ ਜੀ। ਹਾਂਜੀ, ਚੱਲਦੇ ਰਹਿਣਗੇ ਜਿਵੇਂ ਜਿਵੇਂ ਦਿਸ਼ਾ ਨਿਰਦੇਸ਼ ਆਉਣਗੇ ਪੰਜਾਬ ਸਰਕਾਰ ਦੇ, ਉਹਨਾਂ ਦੀ ਪਾਲਣਾ ਵਿੱਚ ਚੱਲਦੇ ਰਹਿਣਗੇ ਜੀ।